हमले दियां ये सीसीटीवी तस्वीरां अज अकाली दल दे सीनियर नेता बिक्रम मजीठिया वालों जारी कीतियां गईयां ने। बीते दिनी हलका बाबा बकाला साहिब तो अकाली दल दे साबका विधायक मनजीत सिंह मन्ना दे घर दे बाहर ही उन्हां दे पीए ते भरा ते कुछ लोगों ने हमला कर दिता सी, जिस दियां सीसीटीवी तस्वीरां जारी करदियां मजीठिया ने कांग्रेसी एमएलए ते वड्डे आरोप लगाए ने। उन्हां कहा कि कांग्रेसी एमएलए दी शह ते दोषियां नूं बचाया जा रहा है। इस दे नाल ही उन्हां होर की कुछ कहा, तुसीं भी सुनो। ਸਾਡੇ ਐਕਸ ਐਮ ਐਲ ਏ ਸਾਹਿਬ ਨੇ ਤਿੰਨ ਵਾਰੀ ਐਮ ਐਲ ਏ ਰਹੇ ਆ, ਔਰ ਜਿਹੜਾ ਤਿੰਨ ਵਾਰੀ ਐਮ ਐਲ ਏ ਰਿਹਾ ਹੋਵੇ ਉਹਦੇ ਘਰ ਦੇ ਬਾਹਰ ਜਾ ਕੇ ਦਿਨ ਦਿਹਾੜੇ ਸਾਰਿਆਂ ਦੇ ਸਾਹਮਣੇ ਗੋਲੀਆਂ ਚਲਾ ਕੇ ਅਗਲੇ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ, ਤੁਸੀਂ ਵੇਖੋ ਕਿ 9:15 ਇਹ ਤਾਂ ਸਵੇਰ ਦੀ ਗੱਲ ਹੈ। ਇਹਨਾਂ ਦੇ ਐਮ ਐਲ ਏ ਸਾਹਿਬ ਦੇ ਘਰ ਦੇ ਬਾਹਰ ਮਨਜੀਤ ਸਿੰਘ, ਇਹ ਮੀਆਂਵਿੰਡ ਪਿੰਡ ਦਾ ਵਾਕਿਆ ਜੀ। ਮੀਆਂਵਿੰਡ ਪਿੰਡ ਸਾਡੇ ਐਮ ਐਲ ਏ ਸਾਹਿਬ ਦਾ ਪਿੰਡ ਹੈ ਜੀ। ਇਹਨਾਂ ਦੇ ਘਰ ਦੇ ਬਾਹਰ, ਮਨਜੀਤ ਸਿੰਘ ਮੰਨਾ ਜੀ ਦੇ ਘਰ ਦੇ ਬਾਹਰ ਜੀ, ਅਤੇ ਜੋ ਇਹ ਤਾਂ ਲਿਆਂਦਰ ਸੀ, ਇਹ ਨਹੀਂ ਆਏ ਬਾਹਰ। ਇਹਨਾਂ ਦੇ ਬ੍ਰਦਰ ਬਾਹਰ ਆਇਆ ਸੀ, ਜਿਨ੍ਹਾਂ ਦੀ ਫੋਟੋ ਤੁਹਾਨੂੰ ਵਿਖਾਈ ਆ। ਉਹਨੇ ਬੰਦਾ ਹੈ ਕੌਣ, ਇਹ ਆ ਇੱਥੇ ਲਿਖਿਆ ਹੀ ਆ ਜੀ, ਇਹ ਕਾਂਗਰਸੀ ਸਰਪੰਚ ਆ ਜਿਹੜਾ ਉਸ ਪਿੰਡ ਦਾ, ਮੀਆਂਵਿੰਡ ਪਿੰਡ ਦਾ ਆ ਬੰਦਾ ਉਹਦੇ ਨਾਲ ਹੈ। ਇਹਦਾ ਸਰਪੰਚ ਦਾ ਨਾਮ ਕੀ ਹੈ ਜੀ? ਦਿਦਾਰ ਸਿੰਘ। ਇਹਦੇ ਨਾਲ ਇਹ ਜਿਹੜਾ ਨਾ ਉਦਣ ਗੋਲੀ ਚਲਾ ਰਿਹਾ ਸੀਗਾ, ਨਾਲ ਦਾ ਚਲਾ ਰਿਹਾ ਜੀ, ਇਹਦਾ ਨਾਂ ਹੈ ਜੀ ਸਰਬਜੀਤ ਸਿੰਘ ਸੱਭਾ, ਮੀਆਂਵਿੰਡ। ਅੱਗੇ ਚੱਲੋ ਜੀ, ਆਹ ਦਿਖਾਇਓ ਥੱਲੇ ਫੋਟੋ, ਆਹ ਦੱਸੋ ਐਮ ਐਲ ਏ ਸਾਹਿਬ। ਸੰਤੋਖ ਸਿੰਘ ਭਲਾਈਪੁਰ ਦਾ ਮੁੰਡਾ, ਪ੍ਰਦੀਪ ਸਿੰਘ ਬੱਲੂ ਉਹਦੇ ਨਾਲ ਫੋਟੋ। ਆਹ ਇਕੱਠੇ ਬੈਠੇ ਇੱਥੇ ਜੀ, ਕਾਂਗਰਸੀ ਵਿਧਾਇਕ। ਹੁਣ ਇਹ 'ਤੇ ਪਰਚੇ ਕਿਹੜੇ ਕਿਹੜੇ? ਪਰਚੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਸਾਰੇ ਪਰਚੇ ਤਾਂ ਨਹੀਂ ਸਾਡੇ ਤੋਂ ਕੱਢੇ ਗਏ। 10 ਕੁ ਪਰਚਿਆਂ ਦਾ ਅੱਜ ਰਿਕਾਰਡ ਰੱਖਿਆ, ਜਿਵੇਂ ਜਿਵੇਂ ਹੋਰ ਆਈ ਜਾਊਗਾ ਤੁਹਾਨੂੰ ਦੱਸੀ ਜਾਵਾਂਗੇ। ਪਰਚੇ ਇਹਦੇ 'ਤੇ ਜਰਜ ਹੈ ਕਿਡਨੈਪਿੰਗ, ਫਰੌਤੀ। ਫਿਰ ਇੱਕ ਬਹੁਤ ਤਗੜਾ ਸੇਠ ਸੀ ਆਦਮਪੁਰ ਤੋਂ, ਉਹਨੂੰ ਕਿਡਨੈਪ ਕੀਤਾ, ਉਹਦਾ ਪਰਚਾ, ਉਹਦੀ ਵੀ ਫਰੌਤੀ ਦਾ ਕੰਮ ਹੈ। ਫਿਰ ਇੱਕ ਬੈਂਕ ਦੀ ਡਕੈਟੀ ਦਾ, ਉਹਦਾ ਪਰਚਾ ਦਰਜ ਹੈ। ਮੈਂ ਸਾਰੇ ਪਰਚੇ ਦੀ ਲਿਸਟ ਇੱਥੇ ਤੁਹਾਨੂੰ ਦੇ ਦਿੱਤੀ ਆ, ਨਾਲ ਹੀ ਦੇਈ ਜਾਵਾਂ ਮੋਟਾ ਮੋਟਾ। ਫਿਰ ਆਰਮਸ ਐਕਟ ਦਾ ਪਰਚਾ, ਫਿਰ ਐਨ ਡੀ ਪੀ ਐਸ ਐਕਟ ਦਾ ਪਰਚਾ, ਆ ਸਰਬਜੀਤ ਸੱਭੇ ਦੇ ਖਿਲਾਫ਼ ਜਿਹੜਾ ਕਾਂਗਰਸ ਦਾ ਬੜਾ ਮੋਟਿਵ ਉੱਥੇ। ਫਿਰ ਇਹਤੇ ਚੋਰੀ ਦਾ ਪਰਚਾ, ਫਿਰ ਵੇਖੋ ਇੱਕ ਇਹਦੇ 'ਚ ਆ, ਫਿਰ ਐਨ ਡੀ ਪੀ ਐਸ ਦਾ ਪਰਚਾ। ਇਸੇ ਤਰ੍ਹਾਂ ਕਮਾਲ ਦੀ ਗੱਲ ਹੈ, ਐਨ ਡੀ ਪੀ ਐਸ ਦਾ ਪਰਚਾ ਆਉਂਦਾ ਔਰ ਮਿੰਟ 'ਚ ਹੀ ਇਹਨੂੰ ਬਾਹਰ ਆ ਜਾਂਦਾ। ਗੋਲੀ ਚਲਾਉਣ ਵਾਲਾ ਸਰਬਜੀਤ ਸੱਭਾ ਜਿਹੜਾ ਇੱਕ ਆਈਡੈਂਟੀਫਾਈ ਹੋਇਆ, ਦੂਜਾ ਇੱਕ ਜ਼ੋਰਾਵਰ ਸਿੰਘ ਹੋਇਆ, ਤੀਜਾ ਬੰਦਾ ਜਿਹੜਾ ਪੁਲਿਸ ਦਾ ਕੰਮ ਕਰਨ ਵਾਲਾ, ਉਹ ਇਹ ਐਮ ਐਲ ਏ ਸਾਹਿਬ ਕਰ ਰਹੇ ਆ। ਮਤਲਬ ਪੁਲਿਸ ਕੋਲ ਜਾ ਕੇ ਮੈਂ ਆਪ ਐਸ ਐਸ ਪੀ ਸਾਹਿਬ ਨਾਲ ਗੱਲ ਕੀਤੀ, ਔਰ ਐਸ ਐਸ ਪੀ ਸਾਹਿਬ ਨੂੰ ਮੈਂ ਕਿਹਾ ਜੀ ਕਿ ਇੰਨਾ ਕੁਛ ਹੋ ਰਿਹਾ, ਤੁਸੀਂ ਕਾਇੰਡਲੀ ਕੋਈ ਐਕਸ਼ਨ ਕਰੋ। ਚਲੋ ਮੈਂ ਐਵੇਂ ਆਖਾਂ ਕਿ ਐਸ ਐਸ ਪੀ ਸਾਹਿਬ ਨੇ ਪਰਚਾ ਤਾਂ ਦਿੱਤਾ, 307 ਦਾ ਪਰਚਾ ਦਿੱਤਾ, ਮਗਰ ਹਾਲੇ ਤੱਕ ਫੜੇ ਕੋਈ ਨਹੀਂ। ਆ 26 ਦਾ ਵਾਕਿਆ, ਆ 24 ਤਰੀਕ ਦਾ, ਸੋਰੀ 24 ਤਰੀਕ ਸਵੇਰੇ 9:15 ਦਾ, ਅੱਜ 26 ਹੋ ਗਈ ਹੈ, ਹਾਲੇ ਤੱਕ ਕੋਈ ਅਰੈਸਟ ਨਹੀਂ। ਔਰ ਜੋ ਖਬਰ ਆਈ ਹੈ ਕਿ ਐਸ ਐਚ ਓ ਨੂੰ ਕਾਂਗਰਸ ਦੇ ਵਿਧਾਇਕ ਸਾਹਿਬ ਫੋਨ ਕਰ ਰਹੇ ਆ ਕਿ ਇਹ ਤਾਂ ਮੇਰਾ ਬੜਾ ਵੱਡਾ ਮੇਰਾ ਜਰਨੈਲ ਹੈ, ਇਹਨੇ ਮੈਨੂੰ ਆ ਬਾਬੇ ਬਕਾਲੇ ਦੀ ਇਲੈਕਸ਼ਨ 'ਚ ਵੀ ਜਿਹੜੀ ਰਹੀ ਹੈ, ਇਲੈਕਸ਼ਨ ਹੋਈ ਆ ਉਹਦੇ 'ਚ ਜਿਤਾਉਣ 'ਚ ਬਹੁਤ ਵੱਡਾ ਯੋਗਦਾਨ ਇਹਦਾ ਰਿਹਾ, ਇਹਨੂੰ ਕਾਇੰਡਲੀ ਅਰੈਸਟ ਨਾ ਕਰੋ। ਮਤਲਬ ਤੁਸੀਂ ਹੈਰਾਨਗੀ ਹੋ ਗਈ, ਔਰ ਉਹੀ ਕਾਰਨ ਹੈ ਕਿ ਅੱਜ ਆਲਮੋਸਟ 72 ਘੰਟੇ ਬੀਤ ਗਏ ਆ, ਮਗਰ ਹਾਲੇ ਤੱਕ ਕਿਸੇ ਨੂੰ ਇਹਦੇ 'ਚ ਅਰੈਸਟ ਨਹੀਂ ਕੀਤਾ ਗਿਆ। ਜਿਹੜਾ ਬੰਦਾ ਪੀ ਓ ਹੋਵੇ ਉਹਨੂੰ ਕਿਵੇਂ, ਆਹ ਫੋਟੋ ਵਿਖਾ ਦੀ, ਉਹਨੂੰ ਕਿਉਂ ਨਹੀਂ ਪੁਲਿਸ ਫੜ ਰਹੀ? ਸੁਭਾਵਿਕ ਹੈ ਪੁਲਿਸ ਉਦੋਂ ਨਹੀਂ ਫੜਦੀ ਜਦੋਂ ਐਮ ਐਲ ਏ ਮਦਦ ਕਰੇ, ਕਿਉਂਕਿ ਥਾਣੇਦਾਰ ਤਾਂ ਫਿਰ ਇਹਨਾਂ ਦੇ ਲਾਏ। ਆਹ ਵੇਖੋ, ਆਹ ਬੈਠੇ ਇੱਥੇ, ਆਹ ਸੱਭਾ ਜਿਹੜਾ ਬੈਠਿਆ, ਆਹ ਉਹਦੇ ਨਾਲ, ਆਹ ਤਾਂ ਉਹਦਾ ਰੋਜ਼ ਦਾ ਮਤਲਬ ਇੱਕ ਨੋਰਮਲ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਤਰੀਕਾ ਜਿਹੜਾ ਉਹਦਾ ਹੈ ਉਹ ਹੈ। ਆਹ ਫੋਟੋ ਤੁਹਾਨੂੰ ਕੋਈ ਦਿਖਾ ਦੂੰ। ਹੁਣ ਇਹ 'ਤੇ ਪਰਚਾ ਦਰਜ ਹੋਇਆ ਹਾ, 307, 506,
34 25 27 मगर इस परचे का फायदा की है जे तुसी किसे नू इस दे खिलाफ कांग्रेसी लीडर ने कार्रवाई होन नहीं देनी और इहदा रिजल्ट की निकलदा है जो बंदा एडे दलेराना अटैम्प टू मर्डर एक MLA दे खिलाफ कर सकता है फिर उन्हों सधारण बंदिया दा उन्हों की डर है उहदे ते की उहदे ते असर है और जिस बंदे ते PO होवे आर्म्स एक्ट उत्ते लगी होवे डकैती उन्हें की होवे राबरी उन्हें की होवे मगर फिर भी उहदा जे बचा हो रहा है तो फिर इन्हां दी दिलवधी फिर लॉ एंड ऑर्डर तक खड़ी प्रॉब्लम होनी होनी। अमृतसर तो ज्योति बैल दी रिपोर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84 374 94 648 84 374 94 648। बाबा सुल्तान बंगाली 21 बार गोल्ड मेडलिस्ट सारियां थावां तो निराश थे मायूस होने वाली एक बार फोन जरूर करो जी में चाहोगे ओवे होएगा इट्स माय प्रॉमिस इमीडिएटली रिजल्ट ओपन चैलेंज इल्मा दिमाही रे टू जेड समस्यावां दा फोन ते घर बैठे करवाओ हल वशीकरण ते मुठकरनी लव मैरिज सौतन ते दुश्मन तो छुटकारा पक्का काम पक्का हल 101% गारंटी अस्टाम पेपर ते लिख के सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी जानबन जादू टोना मनमोड़ी वशीकरण करवाओ जा तुड़वाओ से नु मनाना फोन 95603 92450 95603 92451। पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नु मेरे तो इलावा कोई कट नहीं सकदा मोड़ी वशीकरण करवाओ मनचाहा प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तन मिलेगा जां नहीं सच्चाई जानो लॉटरी नंबर पाओ 649 होवे जां लोटोमैक्स तुहाडी हर गल 100% गुप्त रखी जावेगी प्यार धोखा खाए प्रेमी प्रेमिका एक बार जरूर मिलो मैं तुहाडा प्यार टुटन नहीं देवांगा मोबाइल 98 788 045 80 85 588 38 617।